ਕਰਾਵਾ। ਜਿਨ੍ਹਾਂ ਨੇ ਵਾਹਿਗੁਰੂ ਦੀ ਪੂਜਾ ਕੀਤੀ, ਵਾਹਿਗੁਰੂ ਦਾ ਸਿਮਰਨ ਕੀਤਾ, ਬੇਅੰਤ ਪ੍ਰਭੂ ਨੇ, ਬੇਅੰਤ ਪਰਮਾਤਮਾ ਨੇ, ਵਾਹਿਗੁਰੂ ਨੇ ਉਹਨਾਂ ਦੇ ਪੈਰੀਂ ਸਾਰਾ ਸੰਸਾਰ ਪਾ ਕੇ ਪੂਜਾ ਕਰਨ ਵਾਲਿਆਂ ਦੀ ਪੂਜਾ ਕਰਾ ਦਿੱਤੀ। ਸਾਧ ਸੰਗਤ ਜੀ, ਮਹਾਰਾਜ ਨੇ ਇੱਥੇ ਬਚਨ ਕਹੇ ਨੇ ਰਹਾਉ ਵਾਲੀ ਤੁਕ ਵਿੱਚ ਕਿ ਆਪਣੇ ਹਰ ਪ੍ਰਭ ਕੀ ਹਉ ਗੋਲੀ, ਜਬ ਹਮ ਹਰ ਸੇਤੀ ਮਨ ਮਾਨਿਆ, ਕਰ ਦੀਨੋ ਜਗਤ ਸਭ ਗੋਲ ਅਮੋਲੀ। ਅੱਗੇ ਕਿਰਪਾ ਕਰ ਰਹੇ ਨੇ, ਕਰੋ ਵਿਵੇਕ ਸੰਤ ਜਨ ਭਾਈ, ਖੋਜ ਹਿਰਦੈ ਦੇਖ ਟੰਡੋਲੀ। ਕਰੋ ਵਿਵੇਕ, ਵਿਵੇਕ ਦਾ ਅਰਥ ਹੈ ਪਰਖ, ਵਿਵੇਕ ਦਾ ਅਰਥ ਵਿਚਾਰ ਵੀ ਹੈ, ਵਿਵੇਕ ਦਾ ਅਰਥ ਗਿਆਨ ਵੀ ਹੁੰਦਾ। ਇੱਥੇ ਸ਼ਬਦ ਅਰਥ ਜੋ ਵਿਵੇਕ ਦਾ ਹੈ ਉਹ ਹੈ ਪਰਖ ਕਰਕੇ ਵੇਖੋ ਜੀ, ਵਿਚਾਰ ਕੇ ਵੇਖ ਲਓ ਕਿ ਸੰਤ ਜਨ ਭਾਈ, ਹੇ ਨਾਮ ਜਪਣ ਵਾਲਿਓ, ਹੇ ਪ੍ਰਭੂ ਦੇ ਪਿਆਰਿਓ, ਹੇ ਸ਼ਾਂਤ ਆਤਮਾ ਵਾਲੇ ਗੁਰਸਿੱਖੋ, ਗੁਰੂ ਰਾਮਦਾਸ ਕਹਿੰਦੇ ਤੁਸੀਂ ਵੀ ਵਿਚਾਰ ਕੇ ਵੇਖੋ, ਪਰਖ ਕੇ ਵੇਖੋ। ਕੀ ਵੇਖੀਏ ਜੀ, ਖੋਜ ਹਿਰਦੈ ਦੇਖ ਟੰਡੋਲੀ। ਆਪਣੇ ਹਿਰਦੇ ਨੂੰ ਖੋਜ ਕੇ ਵੇਖੋ। ਟੰਡੋਲੀ ਦਾ ਅਰਥ ਵੀ ਲੱਭਣਾ ਭਾਲਣਾ ਹੈ ਅਤੇ ਖੋਜ ਦਾ ਅਰਥ ਵੀ ਖੋਜਣਾ ਹੈ। ਗੁਰੂ ਰਾਮਦਾਸ ਕਹਿੰਦੇ ਨੇ ਤੁਸੀਂ ਵੀ ਇਸ ਗੱਲ ਦੀ ਵਿਚਾਰ ਕਰਕੇ ਪਰਖ ਕਰੋ ਅਤੇ ਆਪਣੇ ਹਿਰਦੇ ਵਿੱਚੋਂ ਹੀ ਪਰਮਾਤਮਾ ਦੇ ਨਾਮ ਰਸ ਅਤੇ ਵਾਹਿਗੁਰੂ ਦੇ ਦਰਸ਼ਨਾਂ ਨੂੰ ਖੋਜਣਾ ਕਰੋ। ਹਰ ਹਰ ਰੂਪ ਸਭ ਜੋਤ ਸਬਾਈ, ਹਰ ਨਿਕਟ ਵਸੈ ਹਰ ਕੋਲੀ। ਗੁਰੂ ਰਾਮਦਾਸ ਜੀ ਕੀ ਖੋਜਗੇ, ਕੀ ਲੱਭਗੇ? ਅਤੇ ਮਹਾਰਾਜ ਕਹਿੰਦੇ ਨੇ ਹਰ ਹਰ ਰੂਪ ਸਭ ਜੋਤ ਸਬਾਈ, ਜਿੰਨੇ ਵੀ ਆ ਸਰੀਰ ਦਿਸਦੇ ਨੇ ਅਤੇ ਕਣ ਕਣ ਜੋ ਮੈਨੂੰ ਇਸ ਸੰਸਾਰ 'ਤੇ ਦਿਸਦਾ ਹੈ, ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਇਹਨਾਂ ਸਾਰਿਆਂ ਦੇ ਵਿੱਚ ਰੱਬ ਦੀ ਜੋਤ ਟਿਕੀ ਹੋਈ ਹੈ। ਮੈਂ ਇਹ ਵੇਖ ਰਿਹਾ ਹਾਂ, ਮੈਂ ਜਿੱਧਰ ਵੇਖਦਾ ਹਾਂ, ਮੈਨੂੰ ਕੋਈ ਉੱਚਾ ਨੀਵਾਂ, ਗਰੀਬ ਅਮੀਰ ਕੋਈ ਵੀ ਨਹੀਂ ਫਰਕ ਦਿਸਦਾ। ਮੈਨੂੰ ਜੇ ਦਿਸਦਾ ਹੈ ਤਾਂ ਇੱਕ ਵਾਹਿਗੁਰੂ ਦਾ ਰੂਪ ਵੱਸਦਾ ਹੋਇਆ ਸਾਰਿਆਂ ਵਿੱਚ ਉਸਦੀ ਜੋਤ ਵੱਸਦੀ ਦਿਸਦੀ ਹੈ। ਮਹਾਰਾਜ, ਕਿੰਨਾ ਕੁ ਨੇੜੇ ਦਿਸਦਾ ਹੈ ਤੁਹਾਨੂੰ, ਕਿੰਨਾ ਕੁ ਕੋਲੇ ਵਾਹਿਗੁਰੂ ਮਹਿਸੂਸ ਹੁੰਦਾ ਹੈ? ਅਤੇ ਆਪ ਨੇ ਕਿਹਾ ਹਰ ਨਿਕਟ, ਉਹ ਬਹੁਤ ਨੇੜੇ ਜੀ। ਕੋਲੀ ਦਾ ਅਰਥ ਹੈ ਕੋਲੇ, ਕੋਲ ਭਾਵ ਪਾਸ, ਨੇੜੇ। ਵਾਹਿਗੁਰੂ ਕੋਲ ਹੈ, ਨੇੜੇ ਹੈ, ਬਹੁਤ ਨੇੜੇ ਹੈ, ਉਹ ਸਾਡੇ ਅੰਗ ਸੰਗ ਵੱਸ ਰਿਹਾ ਹੈ। ਮਹਾਰਾਜ, ਸੱਚੇ ਪਾਤਸ਼ਾਹ ਇਹ ਵੀ ਕਿਰਪਾ ਕਰੋ, ਜਿਹੜੀ ਦਾਤ ਤੁਹਾਨੂੰ ਮਿਲੀ ਸਾਰਿਆਂ ਵਿੱਚ ਪ੍ਰਭੂ ਦੀ ਜੋਤ ਨੂੰ ਵੇਖਣ ਦੀ ਇੱਕ, ਅਤੇ ਉਹਨੂੰ ਬਹੁਤ ਨੇੜੇ ਮਹਿਸੂਸ ਕਰਨ ਦੀ, ਇਹ ਜਿਹੜੀ ਦਾਤ ਤੁਹਾਨੂੰ ਮਿਲੀ ਹੈ ਇਹ ਕਿੱਥੋਂ ਪ੍ਰਗ ਮਿਲੇਗੀ? ਆਪ ਜੀ ਕਿਰਪਾ ਕਰਕੇ ਦੱਸੋ। ਅਤੇ ਸਿੱਖ ਦੀ ਇਸ ਬੇਨਤੀ ਨੂੰ ਮਹਾਰਾਜ ਆਪਣੇ ਅਗਲੇ ਬੋਲਾਂ ਰਾਹੀਂ ਉੱਤਰ ਦਿੰਦੇ ਨੇ ਕਿ ਹਰ ਹਰ ਨਿਕਟ ਵਸੈ ਸਭ ਜਗ ਕੈ। ਵਾਹਿਗੁਰੂ ਪਰਮਾਤਮਾ ਸਾਰੇ ਜਗਤ ਦੇ ਬਹੁਤ ਨੇੜੇ ਵੱਸਦਾ ਹੈ। ਅਪਰੰਪਰ ਪੁਰਖ ਅਤੁੱਲੀ, ਉਸਦਾ ਸਰੂਪ ਅਪਰ ਪਰੰਪਰ ਦਾ ਅਰਥ, ਅਪਰੰਪਰ ਦਾ ਅਰਥ ਪਾਰਾਵਾਰ ਤੋਂ ਰਹਿਤ ਹੈ। ਪੁਰਖ ਜੋ ਸਾਰਿਆਂ ਵਿੱਚ ਪੂਰਿਆ ਹੋਇਆ, ਅਤੁੱਲੀ ਦਾ ਅਰਥ ਹੈ ਜਿਹਨੂੰ ਤੋਲਿਆ ਨਹੀਂ ਜਾ ਸਕਦਾ, ਜਿਹਦੀ ਜੋ ਹੈਸੀਅਤ ਹੈ ਜਾਂ ਜਿਹਦੀ ਜੋ ਆਪਣੀ ਪਹੁੰਚ ਹੈ ਉਸ ਦੇ ਬਾਰੇ ਕੋਈ ਅਨੁਮਾਨ ਲਾ ਕੇ ਦੱਸ ਨਹੀਂ ਸਕਦਾ ਕਿ ਵਾਹਿਗੁਰੂ ਕਿੰਨੀ ਕੁ ਜੋਗਾ ਹੈ, ਉਹਦੀ ਜਿਹੜੀ ਆਪਣੀ ਪਹੁੰਚ ਉਹ ਕਿੰਨੀ ਕੁ ਹੈ। ਉਹ ਤੋਲਣ ਮਿਣਨ ਆਦਿ ਤੋਂ ਰਹਿਤ ਪਰੇ ਪਰੇ ਹੈ, ਉਹਦਾ ਇਹ ਸਰੂਪ ਹੈ, ਸਾਰੇ ਜਗਤ ਦੇ ਨੇੜੇ ਉਸਦਾ ਵਾਸਾ ਹੈ।
महाराज ये पता किवें लग्या प्रगट किवें गल ये होवेगी तां साहिब कहिंदे ने हर हर प्रगट कियो गुर पूरै ये गल पूरे गुरु ने हरी दे बारे परमात्मा दे बारे जो असी ज्ञान तुहानू दस रहे हाँ जी ये गुरु अमरदास जी ने कृपा की उन्हां तों ये मैनू दात मिली है। सिख कहिंदा महाराज असी भी तां दात लैनी चाहुंदे साडे ते भी कृपा करो किवें मिलेगी ते महाराज कहिंदे इक कम करना पवेगा गुरसिख जी सिर वेचियो गुर पै मोली अपने सिर नू गुरु दे पै दर्थ है कोल अपने सिर नू गुरु कोल वेचना पवेगा सिर वेचियो गुर पै मोली मुल मुल वेचना पवेगा अपने सिर नू। महाराज गुरु सिर मंगदा है जी हाँ सिर तो भाव वह कहिंदा है भी अज तो बाद तू मेरी अगवाई दे विच चलेगा जिवें मैं कहांगा तू चलेगा यही तो भाव है जी सिर वेचण दा। बेनती है जिवें आपां कोई चीज अपनी वस्तु घर दी होवे ते आपां नूं वेच दिंदे आ वेच के ते उहदा मुल लै लैंदे आ भी कोई भी वस्तु घरों वेच दित्ती उहदा मुल सानूं मिल गया फिर आप जी नूं पता ही है मुल वेची हुई वस्तु दे उपर साडा कोई दावा नहीं रह जांदा जिन्हें खरीद ली वस्तु उहदी क्योंकि उन्हें मुल दे दिता ना मुल दे दिता जिन्हें वस्तु खरीदी हुण उहदी है साडी नहीं। गुरु रामदास यही गल कहिंदे ने सिख जदों गुरु नूं सिर वेच देवे गुरु दी शरण पै जावे फिर अपने आप दे उत्ते अपना दावा ना रखे बल्कि गुरु नूं बोलन देवे गुरु नूं चलन देवे ते गुरु नूं अपने जीवन दी अगवाई करन देवे फिर ना अपना आप करे भी मैं ये करांगा जी मैं ओ करांगा मैनू ये लगता है चंगा संसार ये आखूगा जे मैं इस तरह कीता ना जी फिर गुरु नूं बोलन दिओ फिर गुरु की कहिंदा है उस दे एक एक बचन नूं हिरदे विच वसाइए। गुरु रामदास कहिंदे जिहड़े सिर वेचदे ने फिर आपा भाव नहीं प्रगट करदे। बाबा बुढ़ा जी जिन्हां ने सिर वेचिआ आ पिछले दिन सिख जगत उन्हां दी याद विच जोड़ मेला बीड साहिब बाबा बुढ़ा जी दे उस अस्थान ते जिथे आपने सारा जीवन रह के सेवा की महाराज दे घर दी उस बीर साहब विखे बाबा जी दा जोड़ मेला असी मना के हटे हाँ सिर वेचिया सी साध संगत जी उन्होंने सिर वेची चीज ते जिवें कोई दावा नहीं एवें बाबा बुढ़ा जी ने सारा जीवन अपने आप ते दावा नहीं किया। कबीर साहब जी ने फरमाया कि कबीर दावै दाजन होत है निरदावै रह निशंक जे दावा होगा ना अंदर ते मनुख दे मन विच दुबदा बनी रहेगी मनुख दे मन विच झगड़ा चलदा रहेगा ते जद वह निरदावै होगा दावा गुरु अगे रख देवेगा कि गुरु तू ही सब कुछ है मैं ते तेरा सिख हाँ मैनू नहीं पता मैनू नहीं मत जो मत बुद्ध सियानफ दे मालक तुसी हो तुसी कृपा करके मैनू चलाउणा है। जदों कोई सिख ये कहेगा तो उहदा जीवन शंका तो रहत हो जाएगा डर भय तो मुक्त हो जाएगा फिर वह बेप्रवाह होकर अपने गुरु की शरण संगत से सेवा करेगा जी। निरदावै रह निशंक जो जन निरदावै रह सो गण इंद्र सुरंक। सतगुरु महाराज ने कहा कि बाबा बुढ़ा जी तुसी क्या जी मैं आप जी दे घर दी सेवा करांगा कोई चीज़ मैनू नहीं चाहिदी ते साध संगत जी भावें गुरु बख्शिशा करदे रहे समय समय ते कदी उन्हां नू गुरु घर दे हैड ग्रंथी थापिया श्री हरिमंदर साहब जां अपने बहुत नेड़े रखिया बाबा बुढ़ा जी नू पर भाई बुढ़ा जी ने भाई बिरद जी ने कदे भी अपने मन तो कोई दावा नहीं किया भी मैं सेवादार हाँ।
ਜਾਂ ਮੇਰੇ ਵਿੱਚ ਕੋਈ ਜੁਗਤੀ ਹੈ ਜਾਂ ਮੇਰੇ ਵਿੱਚ ਕੋਈ ਤਾਕਤ ਹੈ ਮੈਂ ਗੁਰੂ ਦੀ ਸੇਵਾ ਕਰ ਸਕਾਂ, ਬਲਕਿ ਸਤਿਗੁਰੂ 'ਤੇ ਪ੍ਰਸੰਨਤਾ ਹੀ ਪ੍ਰਾਪਤ ਕਰਦੇ ਰਹੇ ਗੁਰੂ ਘਰ ਦੀ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਨੂੰ ਸਿਰ ਵੇਚਿਆ ਹੈ ਉਹ ਫਿਰ ਆਪਣੀ ਮਰਜ਼ੀ ਨਹੀਂ ਕਰਦੇ, ਗੁਰੂ ਨੂੰ ਬੋਲਣ ਦਿੰਦੇ ਨੇ, ਗੁਰੂ ਨੂੰ ਕਰਨ ਦਿੰਦੇ ਨੇ, ਉਹ ਪਿੱਛੇ ਪਿੱਛੇ ਚੱਲਦੇ ਨੇ। ਹਰ ਜੀ ਅੰਤਰ ਬਾਹਰ ਤੁਮ ਸ਼ਰਨਾਗਤ। ਗੁਰੂ ਰਾਮਦਾਸ ਜੀ ਕਹਿੰਦੇ ਨੇ ਹੁਣ ਇਸ ਪੰਕਤੀਆਂ ਵਿੱਚ ਪਰਮਾਤਮਾ ਵੱਲ ਮੂੰਹ ਕਰ ਲਿਆ ਸਤਿਗੁਰਾਂ ਨੇ। ਪਹਿਲਾਂ ਇੱਕ ਸਿੱਖ ਨਾਲ ਬਚਨ ਕਰ ਰਹੇ ਸੀ, ਇਸ ਪੰਕਤੀ ਵਿੱਚ ਕਹਿੰਦੇ ਮੇਰੇ ਪਰਮਾਤਮਾ ਜੀ ਤੁਸੀਂ ਅੰਦਰ ਵੀ ਹੋ ਤੁਸੀਂ ਬਾਹਰ ਵੀ ਹੋ, ਮੈਂ ਜਿੱਧਰ ਵੇਖਦਾ ਤੁਸੀਂ ਉੱਥੇ ਹੀ ਮੌਜੂਦ ਹੋ, ਅਤੇ ਤੁਮ ਸ਼ਰਨਾਗਤ ਅਤੇ ਮੈਂ ਤੇਰੀ ਸ਼ਰਨ ਵਿੱਚ ਹਾਂ। ਤੁਮ ਵੱਡ ਪੁਰਖ ਵਡੋਲੀ, ਤੁਸੀਂ ਬਹੁਤ ਵੱਡੇ ਵੱਡੇ ਤੋਂ ਵੱਡੇ ਪਰਮਾਤਮਾ ਜੀ ਪੁਰਖ ਹੋ, ਅਤੇ ਮੈਂ ਤੁਹਾਡੀ ਸ਼ਰਨ ਵਿੱਚ, ਮੈਨੂੰ ਆਪਣੀ ਸ਼ਰਨ ਵਿੱਚ ਪੈ ਨੂੰ ਰੱਖੋ। ਗੁਰੂ ਅਰਜਨ ਸਾਹਿਬ ਦੇ ਬੋਲ, ਤਉ ਮੈਂ ਆਇਆ ਸ਼ਰਨੀ ਆਇਆ ਭਰੋਸਾ ਆਇਆ ਕਿਰਪਾ ਆਇਆ, ਬੜਾ ਬਚਨ ਸਮਝਣ ਵਾਲਾ। ਕਿਹਾ ਹੇ ਦਾਤਿਆ ਮੈਂ ਤੇਰੀ ਸ਼ਰਨ ਵਿੱਚ ਆਇਆ, ਦੋ ਗੱਲਾਂ ਕਰਕੇ ਆਇਆ, ਇੱਕ ਤਾਂ ਮੈਨੂੰ ਤੇਰੀ ਸ਼ਰਨ 'ਤੇ ਭਰੋਸਾ ਹੈ, ਇੱਕ ਤਾਂ ਤੂੰ ਮੈਨੂੰ ਆਪਣੀ ਸ਼ਰਨ ਵਿੱਚ ਪਾ ਕੇ ਡੋਲਣ ਨਹੀਂ ਦਿੰਦਾ। ਜਿਵੇਂ ਭਗਤ ਕਬੀਰ ਜੀ ਦਾ ਬਚਨ ਹੈ ਨਾ ਰਾਮਕਲੀ ਰਾਗ ਵਿੱਚ ਕਿ ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਤੂੰ ਮੇਰਾ ਸੁਮੇਰ ਪਰਬਤ ਵਰਗਾ, ਮੈਂ ਤੇਰੀ ਓਟ ਫੜ ਲਈ। ਜਿਵੇਂ ਝੱਖੜ ਵਾਓ ਦੇ ਨਾਲ ਸੁਮੇਰ ਨਹੀਂ ਡੋਲਦਾ, ਹੇ ਮੇਰੇ ਪਿਆਰੇ ਹੇ ਮੇਰੇ ਪਰਮਾਤਮਾ, ਇਸੇ ਤਰ੍ਹਾਂ ਸੰਸਾਰ ਵਿੱਚ ਕੁਝ ਵੀ ਹੋਵੇ ਤੂੰ ਨਹੀਂ ਡੋਲਦਾ, ਜੇ ਤੂੰ ਨਹੀਂ ਡੋਲੇਗਾ ਤਾਂ ਮੈਂ ਵੀ ਨਹੀਂ ਡੋਲਦਾ, ਕਿਉਂਕਿ ਮੈਂ ਤੇਰੇ ਆਸਰੇ ਹਾਂ, ਤੇਰੀ ਸ਼ਰਨ ਵਿੱਚ ਹਾਂ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲਈ ਨੀ ਹਰ ਮੇਰੀ। ਮਹਾਰਾਜ ਨੇ ਕਿਹਾ ਤਉ ਮੈਂ ਆਇਆ ਭਰੋਸਾ ਆਇਆ ਕਿਰਪਾ ਆਇਆ, ਇੱਕ ਤਾਂ ਮੈਂ ਭਰੋਸਾ ਕਰਕੇ ਤੇਰੇ 'ਤੇ ਆਇਆ, ਪਰ ਦਾਵਾ ਨਹੀਂ ਨਿਰਦਾਵਾ, ਮਹਾਰਾਜ ਮੈਂ ਤੇ ਤੁਹਾਡੀ ਕਿਰਪਾ ਨਾਲ ਆਇਆ। ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਇਹ ਆਪਣੇ ਆਪ ਨੂੰ ਪ੍ਰਵਾਨ ਕਰ ਲਿਆ ਵੀ ਮੈਂ ਗੁਰੂ ਦੀ ਸ਼ਰਨ ਵਿੱਚ ਹਾਂ, ਜਨ ਨਾਨਕ ਅਨ ਦਿਨ ਹਰ ਗੁਣ ਗਾਵੈ, ਮਿਲ ਸਤਿਗੁਰ ਗੁਰ ਵਿਚੋਲੀ। ਵੇ ਉਹ ਆਪਣੇ ਵਿਚੋਲੇ ਗੁਰੂ ਨੂੰ ਮਿਲ ਕੇ ਹਰ ਰੋਜ਼ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ। ਸ੍ਰੀ ਗੁਰੂ ਰਾਮਦਾਸ ਕਹਿੰਦੇ ਨੇ ਇਹ ਦਾਤ ਸਾਨੂੰ ਪੂਰੇ ਗੁਰੂ ਅਮਰਦਾਸ ਜੀ ਦੀ ਸੰਗਤ ਕਰਕੇ ਪ੍ਰਾਪਤ ਹੋਈ, ਅਤੇ ਆਪ ਸਭ ਨੂੰ ਗੁਰੂ ਰਾਮਦਾਸ ਜੀ ਕਹਿੰਦੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਭਾਈ ਗੁਰਸਿੱਖੋ, ਗੁਰੂ ਦੀ ਸ਼ਰਨ ਸੰਗਤ ਵਿੱਚ ਰਹਿ ਕੇ ਗੁਰੂ ਨੂੰ ਵਿਚੋਲਾ ਪਾ ਕੇ ਜਿੰਦ ਦਾ ਪਰਮਾਤਮਾ ਦੇ ਨਾਲ ਇਕਮਿਕਤਾ ਹਾਸਲ ਹੋ ਸਕਦੀ ਹੈ। ਆਓ ਜੀ ਯਤਨ ਕਰੀਏ ਸਤਿਗੁਰੂ ਦਾ ਸਿਮਰਨ ਕਰਨ ਦੀ, ਹਿਰਦੇ ਵਿੱਚ ਗੁਰੂ ਕੀ ਬਾਣੀ ਦੇ ਉਪਦੇਸ਼ ਨੂੰ ਵਸਾਉਣ ਦੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਅਗਲੇ ਸਮੇਂ ਲਈ ਗੁਰਬਾਣੀ ਕੀਰਤਨ ਸਰਵਨ ਕਰੀਏ ਜੀ, ਭੁੱਲ ਚੁੱਕ ਦੀ ਖਿਮਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਰਾ ਮਨ ਤਨ ਤੇਰਾ ਤਨ ਪੇ ਤੇਰਾ ਮਨ ਤਨ ਤੇਰਾ ਤਨ ਪੇ ਤੇਰਾ ਮਨ ਤਨ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਮਨ ਤਨ ਤੇਰਾ ਤਨ ਪੇ ਤੇਰਾ ਮਨ ਤਨ ਤੇਰਾ ਰਾਸ ਤੁਮਾਰੀ
रास तुम्हारी तेरा जोर रूपाला जियो तेरा जोर रूपाला जियो मन तन तेरा तन पे तेरा मन तन तेरा मन तन तेरा सदा सदा तू है सुखदाई निम निम लागा तेरी पाई कारक मावा जे तुद पावा जा तू दे दयाला जियो जा तू दे दयाला जियो मन तन तेरा मन तेरा मन तन तेरा तन तेरा मन तन तेरा तू काटूर स्वामी प्रभ मेरा मन तन तेरा मन तन तेरा प्रभु तुम ते लेना तू मेरा गहना अब तुम ते लेना तू मेरा गहना जो तू दे सोई सुख सैना जिते रखे बैकुंठ तू सबना के रखवाला जियो तू सबना रखवाला जियो मन तन तेरा तन पे तेरा मन तन तेरा तेरा मन तन तेरा सिमर सिमर नानक सुख पाया सिमर सिमर नानक सुख पाया आठ पहर तेरे Yeah.
सिमर नानक सुख पाया। तेरे गुण गाया सगल मनोरथ पूर्ण होए सगल मनोरथ पूर्ण हो कदे ना होए दुखाला जियो कदे ना होए दुखाला जियो मन तन तेरा तन तेरा मन तन तेरा तन तेरा तू ठाकुर स्वामी प्रभु मेरा तू ठाकुर स्वामी प्रभु मेरा मन तन तेरा मन तन तेरा सब रास तुम्हारी जियो पिंड सब रास तुम्हारी तेरा जोर गोपाला जियो रामकली महला तीजा आनंद कुंकार सतगुरु प्रसाद आनंद पिया मेरे माए सतगुरु मैं पाया गुरदा पाया सहज सिद्धि मन मजिया वादाया राग रतन परवार प्रिया शब्द गावने आईया कहे नानक आनंद हुआ सतगुरु में पाया हर नाल रहो तू मन मेरे दुख सब विसारना सबना गला सुमरत स्वामी सो क्यों मनु विसारे साचे साहिबा क्या नहीं करते ने सदा सिर्फ सला तेरे नाम मन बसावे कहे नानक सच्चे साहिब क्या नहीं करते ने साचा नाम मेरा आधारो पर शांत सुख मन वसया जन इच्छा सब पुजाइया कहे नानक सुनो संतो शब्द करो प्यारो साचा नाम मेरा आधारो आज पंच दूत दुवास किते काल कंठ कुमारिया कहे नानक तै सुखोआ तित करण दवाजे सगले मनोरथ पूरे
ਸਰ ਸੇ ਪੂਰੇ ਗੁਪਤੇ ਜਾਣੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜਣ ਹੈ ਤੂੰ ਸੁਣੋ ਉਸ ਰਾਤ ਦੇ ਦਾਈ ਦਾਇਆ ਖੇਲਾ ਸਗਲ ਜਗਤ ਨਾਨਕ ਤੇ ਮੁਕੇ ਉਜਲੇ ਕੀਤੀ ਛੁੱਟੀ ਨਾਲ ਦਿੱਲੀ ਨਾਮ ਪਿਆਰਾ ਮੁਸ਼ਕਤ ਨਾਲ ਨਾਨਕ ਤੇ ਮੁਕੇ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਸਮੁੱਚੇ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੈ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੁੱਚੇ ਗੁਰ ਅਸਥਾਨਾਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਨੇਤਾਨਿਆਂ ਦੇ ਤਾਨ ਨਿਓਟਿਆਂ ਦੇ ਓਟ ਸੱਚੇ ਪਿਤਾ ਹਜ਼ੂਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਪਾਵਨ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਤੜੀ ਹੈ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਨਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜ ਰਹੇ ਹਨ ਗਰੀਬ ਨਿਵਾਜ ਸਤਿਗੁਰੂ ਜੀਓ ਆਪ ਜੀ ਦੇ ਪ੍ਰਕਾਸ਼ ਦੀ ਸੇਵਾ ਪੰਜਾਂ ਬਾਣੀਆਂ ਦੇ ਨਿਤਨੇਮ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਦੀ ਲੜੀ ਵਾਰ ਕਥਾ ਵਿਚਾਰ ਅਤੇ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦਾ ਜਾਪ ਹੋਇਆ ਹੈ ਆਪ ਜੀ ਦੀ ਪਾਵਨ ਗੁਰਬਾਣੀ ਪੜ੍ਹਦਿਆਂ ਤੋਂ ਗੁਰਬਾਣੀ ਸ਼ਰਵਨ ਕਰਦਿਆਂ ਤੋਂ ਹਜ਼ੂਰ ਹਾਜ਼ਰੀ ਭਰਦਿਆਂ ਤੋਂ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਣੀ ਜੀ ਇਸ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਆਈ ਹੋਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਅੰਮ੍ਰਿਤ ਵੇਲੇ ਤੋਂ ਜਿਨ੍ਹਾਂ ਸੰਗਤਾਂ ਨੇ ਆਪ ਜੀ ਦੇ ਪਾਵਨ ਦਰਬਾਰ ਸਾਹਿਬ ਦੀ ਹਾਜ਼ਰੀ ਭਰੀ ਹੈ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਜੀ
ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਸੇਵਾ ਸਿਮਰਨ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਣੀਆਂ ਨਗਰ ਖੇੜੇ ਦਾ ਭਲਾ ਕਰਨਾ ਮਾਲ ਮਨੁੱਖੀ ਜੀਆਂ ਅਤੇ ਸੁੱਖ ਵਰਤਾਉਣੇ ਬੀਜਿਆ ਹਰਿਆ ਕਰੋ ਕਾਲ ਕੰਟਕ ਦੂਰ ਕਰੋ ਜੀ ਆਦਿ ਵਿਆਦੀ ਉਪਾਧੀ ਦਾ ਨਾਸ਼ ਕਰਕੇ ਬੰਦਗੀ ਦਾ ਪ੍ਰਗਾਸ ਕਰਨਾ ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਰਾਤਰੀ ਦਾ ਸਮਾਂ ਸੁੱਖ ਨਾਲ ਬਤੀਤ ਹੋਇਆ ਦਿਹਾੜਾ ਆਪ ਜੀ ਨੇ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਵਾਉਣਾ ਗਰੀਬ ਨਿਵਾਜ ਸਤਿਗੁਰੂ ਜੀ ਉਹ ਖਾਲਸੇ ਪੰਥ ਦੀ ਚੜ੍ਹਦੀ ਕਲਾ ਕਰੋ ਸਰਬੱਤ ਦਾ ਭਲਾ ਕਰੋ ਅੱਜ ਆਪ ਜੀ ਦੇ ਹਜ਼ੂਰ ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਦੇਗ ਦੀ ਸੇਵਾ ਕੀਤੀ ਗਈ ਬੀਬੀ ਚਰਨਜੀਤ ਕੌਰ ਗਿੱਲ ਇੰਗਲੈਂਡ ਨਿਵਾਸੀ ਸੇਵਕ ਪਰਿਵਾਰ ਨੇ ਮਾਇਆ ਕਰਕੇ ਅਤੇ ਦੇਗ ਦੀ ਸੇਵਾ ਕੀਤੀ ਹੈ ਗਰੀਬ ਨਿਵਾਸ ਸਤਿਗੁਰੂ ਜੀਓ ਕਾਕਾ ਆਕਾਸ਼ਦੀਪ ਸਿੰਘ ਚੜ੍ਹਦੀ ਕਲਾ ਵਾਸਤੇ ਦੇਗ ਦੀ ਸੇਵਾ ਬੱਚੀ ਪਰਮਿੰਦਰ ਕੌਰ ਦੇਗ ਦੀ ਸੇਵਾ ਗਰੀਬ ਨਿਵਾਸ ਸਤਿਗੁਰੂ ਜੀਓ ਬੱਚੀ ਦਾ ਪੇਪਰ ਹੈ ਆਈਲੈਟਸ ਦੇ ਪੇਪਰ ਦੇ ਵਿੱਚੋਂ ਆਪ ਜੀ ਨੇ ਸਫਲਤਾ ਬਖਸ਼ਣੀ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣਾ ਸੇਵਕ ਪਰਿਵਾਰਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਜੀ ਜਿਨ੍ਹਾਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਆਪ ਜੀ ਦੀਆਂ ਸੇਵਾਵਾਂ ਕੀਤੀਆਂ ਮਾਇਆ ਕਰਕੇ ਦੇ ਕਰਕੇ ਸੋ ਆਪ ਜੀ ਦਰੋਂ ਕਰੋਂ ਨਾਮ ਬਾਣੀ ਸੇਵਾ ਸਿਮਰਨ ਵਿੱਦਿਆ ਦੀ ਦਾਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚੜ੍ਹਦੀ ਕਲਾ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ ਕੇ ਕਿਰਤਾਰਥ ਕਰੋ ਜੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਖ ਸਾਜ ਕੇ ਹਾਜ਼ਰ ਹੈ ਕਰੋ ਕਿਰਪਾ ਜੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਆਪ ਜੀ ਦਾ ਭੋਗ ਲੱਗੇ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਛਕੇ ਸਵਾਸ ਸਵਾਸ ਆਪ ਜੀ ਦਾ ਨਾਮ ਜਪੇ ਕਰੋ ਕਿਰਪਾ ਜੀ ਪਾਵਨ ਹੁਕਮਨਾਮਾ ਸਾਹਿਬ ਬਖਸ਼ੋ ਸਾਰੀਆਂ ਸੰਗਤਾਂ ਨੂੰ ਨਿਹਾਲ ਕਿਰਤਾਰਥ ਕਰੋ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵੰਦੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਹਿਰਦੈ ਉਰਤਾਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਹਰ ਹਰ ਚਰਨ ਹਿਰਦੈ ਉਰਤਾਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਾਹਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ
तिनका बाहर कछ ना बिचारे। नाम रतन सुन जप जप जीवा, हर नानक कंठ मजारे। वाहेगुरु जी का खालसा, वाहेगुरु जी की फतेह। श्री वाहेगुरु जी की फतेह। पातशाही दसवीं कवियो बाच बेनती चौपाई, हमरी करो हाथ द रक्षा। तब चरणन मन रहे हमारा, हमरे दुष्ट सब तुम काबो। सुखी बसे मोरो परवारा, मोर अच्छा निज कर दे करे। पूरन होए हमारी आसा, तुम्हें छाड़ कोई अवर ना त्याऊं। सेवक सिख हमारे तारिय है, आप हाथ दे मुझे उबरे। पूजो सदा हमारे पच्छा, राख लियो मुहे रखन हारे। दीन बंद दुष्टन के हंता, काल पाए ब्रह्मा बपतरा। काल पाए कर विष्णु प्रकाशा, जवन काल जोगी शिव कियो। जवन काल सब लोक सवारा, जवन काल सब जगत बनायो। आदि अंत कै अवतारा, नमस्कार तिसहि को हमारी। शिवकन को सब गुण सुख दियो, कट कट के अंतर की जानत। चीटी ते कुंचर स्थूला, संतन दुख पाए ते दुखी। एक एक की पीर पछाने, जब उदकर्ख करा कर तारा। जब आकर्ख कर तुह कब हूँ, जेते बदन श्री सब तारे। तुम सब ही ते रहत निरालम, निरंकार निर्विकार निर्लंब। ताका मूड चार तपेदा, ताको कर पाहन अनुमानत। महादेव को कहत सदा शिव, आप अपनी बुध है जेती। तुमरा लखा ना जाए पसारा, एक रूप अनूप सरूपा। अंडज रसे तजकीनी, कहूं फूल राजा हब बैठा। सिगरी श्रेष्ठ दिखाए चंपव, अब रक्षा मेरी तुम करो। दुष्ट जिते उठब तुत पाता, जे अस्तुई तब सरनी परे। पुरख जवन पग परे तिहारे, जो कल को एक बार ते आए हैं। रक्षा होए ताहे सब काला, कृपा दृष्टन जाए नहरियो। रिद्ध सिद्ध कर्म सब होई, एक बार जिन तुम्हें संभारा। जिन नर नाम तिहारो कहा, खड़ग की तुम्हें शरण तिहारी। सर्व ठोर मोह सहाई, कृपा करी हम पर जग माता। किलबिक सगल दे को हरता, श्री अस्तु जप दयाला। मनवा छत फल पावे सोई, अड़ल सुने गोंग जो जाहे सुरस ना पावई। दुख दर्द पौ निकट ना तन नर के रह। चौपई संबत सत्रह सहस पणी जय। भाद्रव सुधी अष्टमी रविवारा, सवैया पाए गहे जब ते तुमरे। राम रहीम पुराण कुरान, सिमरत शास्त्र वेद सब। श्री असपान कृपा तुमरी कर, दोहरा सगल द्वार को छाड़ कर।
ਵਾਹੇ ਗਹੇ ਕੀ ਇਲਾਜ ਅਸ ਗੋਵਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਵਾਹੇ ਗਹੇ ਕੀ ਇਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।